ਆਕਲੈਂਡ 'ਚ ਬੀਤੇ ਵੀਕੈਂਡ 'ਤੇ ਸਰਕਾਰ ਦੇ ਖਿਲਾਫ਼ ਹੋਏ ਪ੍ਰਦਰਸ਼ਨ ਦੇ ਦੌਰਾਨ ਮੋਟਰਵੇ ਦੇ ਉੱਪਰ ਉਤਰ ਕੇ ਟ੍ਰੈਫਿਕ 'ਚ ਖਲਲ ਪਾਉਣ ਵਾਲੇ ਪ੍ਰਦਰਸ਼ਨਕਾਰੀਆਂ ਖਿਲਾਫ਼ ਕਾਰਵਾਈ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਮਿਲੀ ਜਾਣਕਾਰੀ ਮੁਤਾਬਕ 1000 ਦੇ ਕਰੀਬ ਲੋਕ ਉਸ ਦਿਨ ਸਟੇਟ ਹਾਈਵੇ 1 ਦੇ ਉੱਪਰ ਪ੍ਰਦਰਸ਼ਨ ਕਰਦਿਆਂ ਉੱਤਰ ਆਏ ਸਨ, ਜਿਸ ਦੇ ਚੱਲਦੇ ਆਕਲੈਂਡ, ਮਾਊਂਟ ਈਡਨ ਅਤੇ ਨਿਊ ਮਾਰਕੀਟ ਦੇ ਵਿਚਾਲੇ ਟ੍ਰੈਫਿਕ ਰੂਟ ਨੂੰ ਰੋਕ ਦਿੱਤਾ ਗਿਆ ਸੀ। ਆਕਲੈਂਡ ਸੈਂਟਰਲ ਏਰੀਆ ਕਮਾਂਡਰ ਇੰਸਪੈਕਟਰ ਗ੍ਰੈਮੀ ਐਂਡਰਸਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹੁਣ ਇਹਨਾਂ ਪ੍ਰਦਰਸ਼ਨਕਾਰੀਆਂ ਦੀ ਪਹਿਚਾਣ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾਂ ਆਖਿਆ ਕਿ ਭਾਵੇਂ ਹੀ ਅਜੇ ਤੱਕ ਕਿਸੇ ਵੀ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਪਰ ਆਉਣ ਵਾਲੇ ਸਮੇਂ 'ਚ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਜਿਸ ਦੇ ਲਈ ਇਹਨਾਂ ਲੋਕਾਂ ਦੀ ਪਹਿਚਾਣ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਆਖਿਆ ਕਿ ਇਹਨਾਂ ਲੋਕਾਂ ਵੱਲੋਂ ਮੋਟਰਵੇ 'ਤੇ ਉਤਰ ਕੇ ਪ੍ਰਦਰਸ਼ਨ ਕਰਨਾ ਕਾਫ਼ੀ ਡੇਂਜਰਸ ਸੀ ਅਤੇ ਅਜਿਹਾ ਆਉਣ ਵਾਲੇ ਸਮੇਂ 'ਚ ਨਾ ਹੋਵੇ, ਇਸ ਲਈ ਹੁਣ ਤੋਂ ਹੀ ਸਖ਼ਤੀ ਵਰਤੀ ਜਾਵੇਗੀ। ਦੱਸ ਦਈਏ ਕਿ ਆਕਲੈਂਡ ਦੇ ਮੇਅਰ ਫਿਲਕੋਫ ਨੇ ਵੀ ਬੀਤੀ ਕੱਲ੍ਹ ਬਿਆਨ ਦੇ ਕੇ ਆਖਿਆ ਸੀ ਕਿ ਜਿਹੜੇ ਲੋਕ ਪ੍ਰਦਰਸ਼ਨ ਕਰਦਿਆਂ ਮੋਟਰਵੇ 'ਤੇ ਉੱਤੇ ਉਤਰੇ ਨੇ, ਉਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਫਿਲਕੋਫ ਨੇ ਕਾਫ਼ੀ ਤਲਖੀ ਭਰੇ ਲਹਿਜੇ 'ਚ ਆਖਿਆ ਸੀ ਕਿ ਪ੍ਰਦਰਸ਼ਨਕਾਰੀਆਂ ਦਾ ਇਹ ਢੰਗ ਬਿਲਕੁਲ ਨਾ ਸਵੀਕਾਰਨਯੋਗ ਹੈ। ਉਹਨਾਂ ਆਖਿਆ ਸੀ ਕਿ ਅਜਿਹਾ ਕਰਕੇ ਪ੍ਰਦਰਸ਼ਨਕਾਰੀਆਂ ਨੇ ਨਾ ਸਿਰਫ ਆਪਣੀ ਬਲਕਿ ਹੋਰਨਾਂ ਲੋਕਾਂ ਦੀ ਜ਼ਿੰਦਗੀ ਨੂੰ ਵੀ ਰਿਸਕ ਦੇ ਉੱਤੇ ਪਾਇਆ ਸੀ। ਮੇਅਰ ਫਿਲਕੋਫ ਨੇ ਵੀ ਪੁਲਿਸ ਨੂੰ ਅਪੀਲ ਕੀਤੀ ਸੀ ਕਿ ਉਸ ਮੋਟਰਵੇ ਦੇ ਉੱਪਰ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ, ਜਿਸ ਨੂੰ ਲੈ ਕੇ ਹੁਣ ਪੁਲਿਸ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਬਿਊਰੋ ਰਿਪੋਰਟ, ਡੇਲੀ ਖ਼ਬਰ।